ਨਮਸਤੇ ਤੇ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਜੀ ਜਨਾਬ, ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਨਿੱਘਾ ਇਸ ਕਰਕੇ ਕਿਉਂਕਿ ਅੱਜ ਬਾਰਿਸ਼ ਵੀ ਪਈ ਹੈ ਥੋੜ੍ਹੀ ਥੋੜ੍ਹੀ, ਅਤੇ ਮੈਂ ਸੁਣਿਆ ਬਾਹਰ ਵੀ ਕਿਤੇ ਬਰਫ਼ ਬੁਰਫ਼ਾਂ ਪਈਆਂ ਹੋਈਆਂ ਨੇ। ਯਾਰ ਬਰਫ਼ਾਂ ਕਿੰਨੀਆਂ ਅੱਛੀਆਂ ਲੱਗਦੀਆਂ। ਬਿਲਕੁਲ ਸਰ, ਤੂੰ ਬਰਫ਼ ਦੇਖੀ? ਹਾਂਜੀ ਸਰ। ਕਿੱਥੇ ਦੇਖੀ ਪੁੱਤਰ? ਫਰਿੱਜ 'ਚ ਸਰ, ਬੜੀ ਪਿਆਰੀ ਹੁੰਦੀ ਹੈ ਸਰ। ਫਰਿੱਜ ਕਿੱਥੋਂ ਦੇਖਿਆ? ਉਹ ਤਾਂ ਘਰ ਹੈ ਨਹੀਂ ਸਰ। ਆਏ, ਮੈਂ ਜਾਂਦੀ ਸੀ ਨਾ ਆਪਣੇ ਗੁਆਂਢੀ ਨੇ ਬਰਫ਼ ਮੰਗਣ, ਅਤੇ ਉਹਨਾਂ ਨੇ ਇੱਕ ਦਿਨ ਕਿਹਾ ਫਰਿੱਜ 'ਚੋਂ ਕੱਢ ਲਓ। ਉਦੋਂ ਮੈਂ ਬਰਫ਼ ਦੇਖੀ, ਤਿੰਨ ਚਾਰ ਡੋਂਗੇ ਪਏ ਹੋ ਸੀਗੇ ਸਰ, ਬੜੇ ਟੇਸਟੀ ਲੱਗ ਰਹੇ ਸੀਗੇ। ਪੁੱਤਰ ਕਿਉਂ ਝੂਠ ਬੋਲਦੀ ਹੈ? ਸਾਰਿਆਂ ਨੂੰ ਆਉਂਦੇ ਹੀ ਝੂਠ। ਹਾਏ, ਥੋੜ੍ਹਾ ਬੰਦਾ ਸਾਹ ਲੈ ਲੈਂਦਾ, ਥੋੜ੍ਹਾ ਇੱਕ ਗੈਪ ਲੈਂਦਾ ਕਿ ਚੱਲ ਮੈਂ ਝੂਠ ਮਾਰਨਾ ਇੱਕ ਗੈਪ। ਕਿਹੜੀ ਕਿਹੜੀ? ਇੱਕ ਵਾਸ਼ਿੰਗ ਮਸ਼ੀਨ ਹੈ, ਉਹ ਵੀ ਤੇਰੇ ਤਾਏ ਨੇ ਦਿੱਤੀ ਸੀ ਤੁਹਾਨੂੰ ਪੁਰਾਣੀ, ਠੀਕ ਹੈ? ਹਾਂਜੀ। ਉਹਦੇ ਬਾਹਰ ਤੁਸੀਂ ਫਰਿੱਜ ਲਿਖਿਆ ਹੋਇਆ, ਉਹਦੇ ਅੰਦਰ ਹੀ ਤੁਸੀਂ ਰਾਤ ਨੂੰ ਦਹੀਂ ਰੱਖ ਲੈਂਦੇ ਹੋ, ਸਵੇਰੇ ਉਹ 'ਚ ਕੱਪੜੇ ਧੋ ਲੈਂਦੇ। ਵਾਸ਼ਿੰਗ ਮਸ਼ੀਨ ਸਰ ਪਤਾ ਕਿੰਨੇ ਕੰਮ ਆਉਂਦੀ? ਅਸੀਂ ਤਾਂ ਸ਼ਬੀਲ ਵੀ ਵਾਸ਼ਿੰਗ ਮਸ਼ੀਨ ਦਾ ਜਿਹੜਾ ਇੱਧਰਲਾ ਨਹੀਂ ਹੁੰਦਾ, ਉਹ 'ਚ ਕਿੰਨਾ ਬੜਾ ਪਾਣੀ ਪਾ ਕੇ ਅਤੇ ਦੁੱਧ ਦਾ ਪੈਕਟ ਪਾ ਕੇ ਉਹਨੂੰ ਘੁਮਾ ਦਿੰਦੇ ਹਾਂ। ਉਹ ਮੈਂ ਤਾਂਹੀਓ ਤਾਂ ਕਹਿੰਦੇ ਸੱਚ ਦੱਸ ਨਾ ਪੁੱਤਰ, ਸੱਚ ਦੱਸ। ਉਹੀ ਗੱਲਾਂ ਵਾਸ਼ਿੰਗ ਮਸ਼ੀਨ ਸਾਨੂੰ ਪਤਾ ਨਾ, ਤੂੰ ਕਹਿਣ ਡੀ ਫਰਿੱਜ 'ਚ ਦੇਖੀ। ਬੇਟਾ ਮੈਂ ਬਾਹਰ ਕਹਿ ਰਿਹਾ, ਜਿਹੜੀ ਪਹਾੜਾਂ 'ਤੇ ਪੈਂਦੀ ਹੈ, ਡਲਹੌਜ਼ੀ ਗਈ ਹੈ ਕਦੇ? ਹਾਏ ਸਰ, ਫਰਿੱਜ ਦੀ ਬਰਫ਼ ਇੰਨੀ ਦੂਰ ਲੈ ਕੇ ਜਾਵਾਂਗੇ, ਸੁੱਕ ਜਾਣੀ, ਜਦ ਤੱਕ ਬੰਦ ਨਹੀਂ ਹੋਣੀ ਫਾਇਦਾ ਹੀ ਕੋਈ ਨਹੀਂ ਹੋਣਾ। ਪਾਲੀ, ਤੈਨੂੰ ਨਹੀਂ ਲੱਗਦਾ ਤੂੰ ਹੀ ਬੇਵਕੂਫ ਹੈ? ਹਾਏ, ਤੁਹਾਨੂੰ ਲੱਗਣ ਲੱਗ ਪਿਆ? ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ। ਸੌਰੀ ਸਰ, ਮੈਂ ਕੋਈ ਬੇਵਕੂਫ ਹਾਂ? ਬੇਵਕੂਫ ਤੂੰ ਹੀ ਹੈ। ਉਹ ਬੇਵਕੂਫ ਹੈ, ਮੈਂ ਡਲਹੌਜ਼ੀ, ਮਨਾਲੀ, ਮਨਾਲੀ ਨਹੀਂ ਮਨਾਲੀ, ਕਸੌਲੀ, ਕਸੌਲ ਉੱਪਰ ਕਿੰਨਾ, ਮਤਲਬ ਕਿਤੇ ਬਰਫ਼ ਨਹੀਂ ਦੇਖੀ ਜ਼ਿੰਦਗੀ 'ਚ? ਸਰ, ਉੱਥੇ ਫਰਿੱਜ ਥੋੜ੍ਹੀ ਰੱਖੀ ਹੁੰਦੀ ਉਹਨਾਂ ਨੇ, ਦੱਸੋ ਉਹ ਤਾਂ ਪਹਾੜਾਂ ਦੇ ਵਿੱਚ ਕੌਣ ਫਰਿੱਜ ਰੱਖੂਗਾ? ਬੇਟਾ, ਫਰਿੱਜ ਤੋਂ ਬਾਹਰ ਵੀ ਦੁਨੀਆ ਹੈਗੀ, ਤੂੰ ਫਰਿੱਜ 'ਚੋਂ ਨਹੀਂ ਨਿਕਲਣ ਦੀ? ਕਿਹੜਾ ਕਿਸੇ ਨੇ ਤੇਰਾ ਲਾਲ ਬਟਨ ਦਬਾ ਤਾ ਫਰਿੱਜ ਵਾਲਾ, ਤੂੰ ਉਸ ਤੋਂ ਬਾਹਰ ਹੀ ਨਹੀਂ ਆ ਪਾ ਰਹੀ? ਕਿਹੜੀ ਕਿਸੇ ਨੇ ਤੇਰੀ ਟ੍ਰੇ ਖਿੱਚ ਲਈ ਹੈ ਕਿ ਤੈਨੂੰ ਫਰਿੱਜ ਤੋਂ ਬਗੈਰ ਸਾਹ ਹੀ ਨਹੀਂ ਆਉਣ ਡਿਆ? ਹਾਏ ਸਰ, ਕਿਹੜਾ ਤੇਰਾ ਅੰਦਰ ਪਾਣੀ ਨਹੀਂ ਠੰਡਾ ਹੋਣ ਡਿਆ? ਸਰ, ਉਹ ਕਿਹੜੀ ਤੇਰੀ ਬੁਸ ਗਈ ਹੈ ਸਬਜ਼ੀ ਅੰਦਰ, ਦੱਸ ਮੈਨੂੰ। ਸਰ, ਫਰਿੱਜ ਤਾਂ ਨਹੀਂ ਹੈਗੀ ਸਾਡੇ ਘਰ, ਛੋਟੀ ਫਰਿੱਜ ਹੈਗੀ ਜਿਹਦੇ 'ਚ ਗਰਮ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ, ਛੋਟੀ ਫਰਿੱਜ ਰੱਖੀ ਹੋਈ ਸੀ, ਪਰਸੋਂ ਲੈ ਕੇ ਆਏ ਮੰਮੀ ਹੁਣ। ਗਰਮ ਕਰਨ ਵਾਲੀਆਂ ਚੀਜ਼ਾਂ? ਹਾਂਜੀ ਸਰ। ਉਹ ਬੇਵਕੂਫੇ, ਫਰਿੱਜ ਨਹੀਂ ਹੁੰਦੀ ਉਹ, ਫਿਰ ਕੀ ਹੁੰਦਾ ਸਰ? ਉਹ ਮਾਈਕ੍ਰੋਵੇਵ ਹੁੰਦਾ ਉਹ ਜਿੱਦੇ ਮਰਜ਼ੀ ਵੇਵ ਹੋ ਜਾਵੇ ਸਰ, ਪਰ ਉਹਦੇ 'ਚ ਗਰਮ ਤਾਂ ਹੁੰਦਾ ਨਾ ਸਾਰਾ ਕੁਛ ਸਰ। ਹੋ ਸੰਤਰੀ ਪਰਾਂ ਦੀ ਪਾਈ ਹੋਈ ਹੈ? ਹਾਂਜੀ ਸਰ। ਹੋ ਸੰਤਰੀ ਪਰਾਂ ਦੀ ਪਾਈ ਹੋਈ ਹੈ? ਪਾਈ ਹੋਈ ਹੈ। ਮੈਨੂੰ ਇਹ ਵੀ ਪਤਾ ਤੇਰੇ ਡੈਡੀ ਨੇ ਸਾਡੇ ਮੱਲੇ ਵੀ ਇੱਕ ਟਕਾਈ ਹੋਈ ਹੈ। ਟਕਾਈ ਹੋਈ? ਹੁਣ ਤੂੰ ਇਹ ਪੁੱਛਿਆ ਕਿ ਮੈਨੂੰ ਇਹ ਕਿੱਦਾਂ ਪਤਾ ਲੱਗਾ, ਤੈਨੂੰ ਮੈਂ ਦੱਸ ਦਵਾਂ। ਕਿਉਂਕਿ ਉਸੇ ਦਿਨ ਤੇਰੇ ਡੈਡੀ ਦੀ ਪਟਾਈ ਹੋਈ ਹੈ, ਉੱਥੋਂ ਤਾਂ ਮੈਨੂੰ ਪਤਾ ਲੱਗਾ। ਸਰ, ਮੈਨੂੰ ਲੱਗਦਾ ਤਾਂ ਹੀ ਉਹਨਾਂ ਨੇ ਇੱਥੇ ਸੰਤਰੀ ਪਰਾਂਦੀ, ਸੰਤਰੀ ਪਰਾਂਦੀ ਪਾਈ ਹੋਈ ਹੈ, ਸੰਤਰੀ ਪਰਾਂਦੀ ਪਾਈ ਹੋਈ ਹੈ, ਤਾਂ ਹੀ ਡੈਡੀ ਜੀ ਆ ਕੇ ਝੂਠ ਬੋਲਦੇ ਸੀ ਇੱਥੇ, ਐਵੇਂ ਨਿਸ਼ਾਨੀ ਕਿਸੇ ਨੇ ਲਾਈ ਹੋਈ ਹੈ। ਹੁਣ ਨਾ ਸੰਤਰੀ ਪਰਾਂਦੀ ਪਾਈ ਹੋਈ ਹੈ ਕਿਨੇ ਸਰ? ਅੱਛਾ, ਤੇਰੇ ਡੈਡੀ ਨੇ? ਹਾਏ ਸਰ, ਮੈਂ ਪਾਈ, ਡੈਡੀ ਕਿਉਂ ਪਾਉਂਗੇ? ਨਹੀਂ ਨਹੀਂ, ਡੈਡੀ ਉਹ ਵੀ ਪਾ ਕੇ ਆਏ ਸੀ ਮੱਲੇ 'ਚ, ਹੁਣ ਲੱਗਾ ਮੈਂ ਕੁੜੀ ਬਣ ਕੇ ਨਿਕਲਣਾ ਤੇ ਮੈਨੂੰ ਪਛਾਣੇ ਕਣੀ। ਫਿਰ ਪਿਓ ਉੱਥੇ ਪਰਾਂਦੀ ਤੋਂ ਖਿੱਚ ਲਿਆ ਸੀ ਪਿੱਛੇ ਮੁੰਡਿਆਂ ਨੇ? ਫਿਰ ਪਿਓ ਵਾਲੇ ਗੁਣ ਤੇ ਹੁੰਦੇ ਆ ਥੋੜੇ ਥੋੜੇ ਸਰ, ਬੱਚਿਆਂ ਦੇ ਤਾਂ ਪਿਓ ਵਾਲੇ ਹੀ ਆ, ਹੋਰ ਕੋ ਗੁਣ ਹੈ ਵੀ ਨਹੀਂ ਤੇਰੇ ਦੇ। ਮੈਂ ਸ਼ਾਇਰ ਤੋਂ ਨਹੀਂ, ਮੈਂ ਸ਼ਾਇਰ ਤੋਂ ਨਹੀਂ, ਕਰੋ ਵਾਹ ਵਾਹ, ਆਹ ਵਾਹ 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 ਵਾਹ, ਬਾਹਰ ਚੱਲ। ਕੀ ਬੋਲ, ਸਾਨੂੰ ਪਤਾ ਤੇ ਲੱਗੇ ਕਿ ਤੂੰ ਕੋਈ ਸ਼ੇਰ ਉਹੀ ਅੰਦਾਜ਼ ਉਧਰ ਰੱਖ ਯਾਰ। ਮੈਂ ਸ਼ਾਇਰ ਤੋਂ ਨਹੀਂ, ਹਾਂ ਉਹ ਤਾਂ ਪਤਾ ਸਾਨੂੰ, ਕਰ ਵਾਹ ਵਾਹ, ਮਰ ਜਾਣਾ ਮੈਂ ਉਹਦੇ ਵਾਹ ਵਾਹ ਬਗੈਰ, ਤੈਨੂੰ ਅਗਲੀ ਲੈਣ ਭੁੱਲ ਜਾਣੀ, ਤੂੰ ਆਪਣਾ ਕੰਮ ਕਰੀ ਜਾ। ਮੈਨੂੰ ਕਹਿੰਦਾ ਵਾਹ ਵਾਹ, ਮੈਂ ਤੈਨੂੰ ਆਟੋ ਨਾ ਕਰਾਵਾਂ, ਮਰ ਜਾਣਾ ਵਾਹ ਵਾਹ ਕਰਵਾ। ਉਹ ਮਾਮਾ ਬਲਾ ਬਲਾ ਕਹਿ ਵੀ ਬੜੀ ਮਹਿੰਗੀ ਹੁੰਦੀ, ਤੇ ਤੂੰ ਦੱਸ। ਮੈਂ ਸ਼ਾਇਰ ਤੋਂ ਨਹੀਂ, ਲੱਗ ਗਿਆ ਪਤਾ, ਹੁਣ ਕੀ ਕਰ ਲਈਏ ਫਿਰ, ਕੋਈ ਹੋਰ ਹੋਣਾ ਜੀ। ਤੇਰਾ ਇਹ ਸ਼ੇਰ ਸੀ ਜੀ? ਜੀ, ਇਹ ਸ਼ੇਰ ਸੀ, ਸ਼ੇਰ ਸੀ। ਤੇਰੇ ਪਾਪਾ ਉਹ ਤੇ ਨਹੀਂ? ਨਹੀਂ, ਜੋ ਤੇ ਉਹ ਤੇਰੇ ਨੇ, ਕੋਈ ਹੋਰ ਹੋਣਾ। ਅੱਛਾ ਅੱਛਾ, ਮੈਨੂੰ ਲੱਗਾ ਸ਼ਾਇਰ ਕਹਿੰਦੀ ਉਹ ਵਾਲੇ ਪਾਪਾ ਤੇਰੇ ਤੇ ਨਹੀਂ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ੍ਰੀ ਅਕਾਲ ਬੇਟਾ, ਅੱਜ ਬੜਾ ਇਸ਼ਾਰਾ ਨਾ, ਐਂਟਰੀ ਮਾਰੀ ਆ। ਬਸ 20 ਰੁਪਏ ਦਿਓ ਜੀ, ਤੁਹਾਨੂੰ ਇੱਕ ਭਾਬੀ ਦੀ ਗੱਲ ਦੱਸਾਂ ਜੀ। ਮੈਂ ਪੜ੍ਹੀ ਨਹੀਂ ਤੇ। ਅੱਛਾ, ਚਲੋ ਛੱਡੋ ਜੀ। ਜਨਾਬ, ਜੈ ਹਿੰਦ। ਜੈ ਹਿੰਦ ਬੇਟਾ। ਜਨਾਬ, ਜੋਣੇ ਦਾ ਦੋਸਤ ਆਇਆ ਕੋਈ। ਜੋਣੇ ਦਾ ਦੋਸਤ ਆਇਆ ਕੋਈ? ਹਾਂਜੀ ਹਾਂਜੀ। ਤੇਰਾ ਕਿਹੜਾ ਦੋਸਤ ਆ? ਅੱਛਾ, ਗੈਂਗ ਦਾ ਬੰਦਾ ਹੋਣਾ ਕੋਈ, ਕੋਈ ਨਾ ਕੋਈ ਲਿਆ ਇਹਦੇ ਪਟੇ ਫੇਰੀ, ਅੱਜ ਲਿਆ ਇਹਨੂੰ ਅੰਦਰ। ਨਾਲ ਤਾਂ ਫੜੇ ਬੰਦਾ, ਗੈਂਗ ਵਾਲੇ ਥੋੜੀ ਆਉਗੇ ਜੀ ਥਾਣੇ ਜੀ। ਕਿਉਂ? ਅੱਛਾ, ਉਸਤਾਦ ਆ ਗਿਆ ਠੰਡ ਤੇ ਗੈਂਗ ਵਾਲਾ ਬੰਦਾ ਨਹੀਂ ਆਇਆ। ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ, ਕਿਵੇਂ ਹੈ? ਪੁਲਿਸ ਵਾਲੇ ਅੰਕਲ ਮੇਰਾ ਗਾਣਾ ਚਲਾ ਦੋ, ਪੁਲਿਸ ਵਾਲੇ ਅੰਕਲ ਮੇਰਾ ਗਾਣਾ ਚਲਾ ਦੋ, ਗਾਣਾ ਚਲਾ ਦੋ। ਪੁਲਿਸ ਵਾਲੇ ਅੰਕਲ ਤੈਨੂੰ ਨਾ ਚਲਾ ਦੇਣ ਟਾਈਮ ਨਾਲ ਹੀ। ਉਹ ਪੁੱਤਰ ਮੇਰੇ, ਬੇਟਾ ਕੌਣ ਆ ਤੂੰ? ਕੰਨ ਥੱਲੇ ਨਾ ਚਪੇੜਾ ਹੀ ਚਲਾਉਂਦੇ। ਕਾਂ ਦੇ ਆਂਡੇ ਚੁੱਕਣ ਵਾਲਿਆ ਕੌਣ ਆ ਤੂੰ? ਮਾ ਟੀਟੂ। ਟੀਟੂ ਆ ਤੂੰ? ਓਏ ਆਏ ਤੇਰਾ ਦੋਸਤ, ਮੇਰਾ ਨਾਂ ਪੜਿਆ ਜੀ।
ਪੁੱਤਰ ਮੈਨੂੰ ਤਾਂ ਲੱਗਦਾ ਇਹਦੀ ਇੰਨੀਆਂ ਕੰਪਾਰਟਮੈਂਟਾਂ ਫਸੀਆਂ ਹੋਈਆਂ, ਤੂੰ ਕਹਿੰਦਾ ਪੜਿਆ? ਤੂੰ ਹਜੇ ਵੀ ਪੜਨ ਡਿਆ ਯਾਰ? ਹਾਂ ਮੈਂ ਪੜ੍ਹੀ ਆ ਨਾ। ਕਿਹੜੀ ਕਲਾਸ 'ਚ ਹੋ ਗਿਆ? ਮੈਨੂੰ ਲੱਗਦਾ ਇੱਕ ਕਲਾਸ 'ਚ ਤਿੰਨ ਤਿੰਨ ਵਾਰੀ ਲਾ ਕੇ ਕਲਾਸਾਂ ਪੱਕੀਆਂ ਕਰਨ ਡਿਆ ਪਿੱਛੋਂ। ਮੈਂ ਪੰਜਵੀਂ 'ਚ ਹੋ ਗਿਆ। ਕਿੰਨੇ 'ਚ ਹੋ ਗਿਆ? ਪੰਜਵੀਂ 'ਚ। ਜਿੱਦਾਂ ਤੇਰੀ ਸ਼ਕਲ ਹੈ ਤੈਨੂੰ ਸਿਰਫ ਬਾਥਰੂਮ 'ਚ ਹੋਣਾ ਚਾਹੀਦਾ ਬੇਟਾ। ਪੰਜਵੀਂ 'ਚ ਤਾਂ ਹੁੰਦਾ ਹੱਕ ਹੀ ਨਹੀਂ ਤੈਨੂੰ। ਓਏ ਗੁੱਸਾ ਨਾ ਕਰ, ਇੱਕ ਮਿੰਟ ਗੁੱਸਾ ਨਾ ਕਰੀ, ਇੱਥੇ ਇਦਾਂ ਹੀ ਹੁੰਦੀ ਹੈ ਸਰਵਿਸ। ਹੈਲੋ, ਮਤਲਬ ਨਾਕਾ ਲਾਣਾ ਪੈਣਾ ਸੀ, ਗੱਲ ਨੱਕੋ ਨੱਕ ਪਹੁੰਚ ਚੁੱਕੀ ਸੀ, ਫਿਰ ਨਾਕਾ ਲਾਣਾ ਜ਼ਰੂਰੀ ਸੀ। ਆਪਣੇ ਘਰ ਐਤਵਾਰ ਨੂੰ ਸ਼ਕਲਾਂ ਤਾਂ ਸੋਹਣੀਆਂ ਨੀ, ਪ੍ਰੋਗਰਾਮ ਕਿੱਦਾਂ ਸੋਹਣਾ ਕਰ ਲੈਂਦੇ? ਨਹੀਂ, ਪ੍ਰੋਗਰਾਮ ਸੋਹਣੇ ਕੀਤੇ ਇਹਨਾਂ ਨੇ, ਉਹਨੇ ਜਿਹਨੇ ਗਾਣਾ ਵੀ ਸੁਣਾਇਆ, ਲਵੀ ਨੂੰ ਬੜੇ ਸੋਹਣੇ ਸੋਹਣੇ ਗਾਣੇ ਸੁਣਾਏ ਆ। ਤੁਹਾਡੇ ਸਾਹਮਣੇ ਸੰਗ ਜੀ ਆਉਂਦੀ। ਵਾਹ ਵਾਹ ਵਾਹ, ਮੈਂ ਮੇਰੇ ਕੋ ਹੁਣ ਬੜੀ ਗੰਦੀ ਗੱਲ ਨਿਕਲਣ ਲੱਗੀ। ਅੰਕਲ ਕੀ ਘੁੰਡ ਕਰ ਲੈਣਾ? ਪੁੱਤਰ ਘੁੰਡ ਛੱਡ, ਮੈਂ ਕਹਿੰਦਾ ਮੈਂ ਜੁੱਤੀ ਕੱਢ ਲੈਣਾ ਟਾਈਮ ਨਾਲ, ਘੁੰਡ ਤੇ ਬਹੁਤ ਲੇਟ ਹੋ ਜਾਂਦਾ। ਫਿਰ ਕਿੱਥੋਂ ਪਹਿਲੇ ਚੁੰਨੀ ਲਿਆਵਾਂਗਾ, ਉਹਦਾ ਦੁਪੱਟੇ ਦਾ ਬਣਾਵਾ, ਜੁੱਤੀ ਛੇਤੀ ਨਿਕਲ ਆਣੀ ਹੈ ਬੇਟਾ। ਮੇਰੇ ਤੇਰੇ ਦੋਸਤ, ਇਹਨੂੰ ਸਮਝਾ ਪਹਿਲੇ, ਇਹਨੂੰ ਮੇਰੇ ਵੇਰੇ ਇੰਟਰੋਡਕਸ਼ਨ ਦੇ, ਇਹਨੂੰ ਦੱਸ ਕੌਣ ਆ ਮੈਂ? ਬੱਚਾ ਹੈ ਜੀ ਇਹ, ਹਜੇ ਬੱਚਾ ਹੈ ਤਾਂ ਕੀ ਮਤਲਬ ਹੈ? ਮਤਲਬ ਬੱਚਾ ਤੇ ਆਪਣੇ ਘਰਦਿਆਂ ਦੀ ਗੋਦੀ 'ਚ ਪਵੇ, ਇੱਥੇ ਠਾਣੇ ਹੀ ਆ ਗਿਆ? ਬੱਚਾ ਮਣ ਕਾ ਸੱਚਾ ਹੀ ਕੈਸਾ ਚੱਲਦਾ ਬੱਚਾ? ਉਹ ਤੂੰ ਕੀ ਜੰਮਦੇ 8 ਸਾਲ ਦਾ ਹੋ ਗਿਆ ਸੀ? ਮੇਰਾ ਨਾਮ ਨਾ ਤਮੀਜ਼ ਨਾਲ ਗੱਲ ਕਰਾਂ, ਮੈਂ ਜੇ ਅੱਜ ਬੱਚਾ ਨਾ ਹੁੰਦਾ ਤੇ ਮੇਰਾ ਹੱਥ ਉੱਠ ਜਾਣਾ ਸੀ। ਡੈਡੀ ਹੁੰਦਾ ਨਾ ਤੇ ਮੈਂ ਲੜ ਪੈਣਾ ਸੀ ਅੱਜ ਇਹਨਾਂ ਨਾਲ। ਡੈਡੀ ਤੂੰ ਹੋ ਹੀ ਨਹੀਂ ਸਕਦਾ, ਕੈਸਾ ਤੇਰਾ ਚਲੇ ਬੰਬਰ ਕਾ ਮੂੰਹ ਹੈ ਤੇ ਤੂੰ ਲਾਪੇ ਸਾਨੂੰ ਇੱਥੇ ਦੱਸ। ਉਹ ਬੇਟਾ ਕੌਣ ਹੈ, ਕੀ ਨਾਮ ਹੈ ਤੇਰਾ? ਟੀਟੂ। ਟੀਟੂ, ਸ਼ਕਲ ਤੋਂ ਤੇ ਚਲੋ ਤੂੰ ਲੱਗ ਰਿਹਾ ਹੈ ਥੋੜਾ ਜਿਹਾ ਸਿਹਤ ਵਾਈਜ਼ ਨਹੀਂ ਲੱਗ ਰਿਹਾ, ਸਿਹਤ ਵਾਈਜ਼ ਵੱਡਾ ਟੀਟਾ ਲੱਗ ਰਿਹਾ। ਤੇ ਵੱਡਾ ਟੀਟਾ ਕਰ? ਨਹੀਂ ਨਹੀਂ, ਟੀਟੂ ਠੀਕ ਹੈ, ਤੂੰ ਇਹਦਾ ਦੋਸਤ ਹੈ ਜੀ। ਉਹ ਤੈਨੂੰ ਬੇਟਾ ਤੇਰੇ ਘਰ ਦੇ ਰੋਕਦੇ ਨਹੀਂ, ਤੈਨੂੰ ਉਹਨਾਂ ਨੇ ਅਕਲ ਸੈਂਸ ਹਜੇ ਪੜ੍ਹ ਰਿਹਾ ਬੱਚਾ ਜੀ, ਰੋਕਣਗੀ ਚਾਚਾ ਜੀ ਤੁਸੀਂ ਚੁੱਪ ਕਰੋ ਨਾ ਇੱਕ ਮਿੰਟ। ਉਹ ਬੱਚਾ ਹੈ ਤੇ ਤੂੰ ਕੀ ਦਾਦਾ ਹੈ ਕਿਹੜਾ? ਜੀ ਜਿਉਣੇ ਦਾ ਦੋਸਤ ਕਿੱਦਾਂ ਹੋ ਗਿਆ? ਜਿਉਣਾ ਦਾ ਨਿੱਕਾ ਜਿਹਾ ਆ, ਕਿਦੋਂ ਇੰਨਾ ਵੱਡਾ ਆ? ਉਹ ਜਿਉਣਾ ਨਿੱਕਾ ਇਹਦੇ ਇੱਕੋ ਕਲਾਸ 'ਚ ਪੜ੍ਹਦੇ ਹੁੰਦੇ ਸੀ, ਇਹ ਸਰੀਰੋਂ ਵੱਡਾ ਨਹੀਂ ਹੋਇਆ ਤੇ ਦਿਮਾਗੋਂ ਵੱਡਾ ਹੋ ਗਿਆ ਜਿਉਣਾ ਸਾਡਾ। ਅੱਛਾ ਅੱਛਾ, ਉਹ ਸਰੀਰੋਂ ਵੱਡਾ ਹੋ ਗਿਆ ਤੇ ਉਹ ਦਿਮਾਗੋਂ ਵੱਡਾ ਨਹੀਂ ਹੋਇਆ। ਕੰਬੀਨੇਸ਼ਨ ਦੇਖੋ ਜਰਾ, ਚੈੱਕ ਕਰੋ ਮਾੜਾ ਜਿਹਾ। ਬੇਟਾ ਇੱਕ ਕਹਾਵਤ ਹੈ, ਜੇ ਮੈਂ ਅੰਨਾ ਤੇ ਘੋੜੀ ਕਿਹਾ ਨਾ, ਅੰਨਾ ਤੇ ਘੋੜੀ ਕਿਹਾ ਹੈ, ਇਹਦਾ ਮਤਲਬ ਜ਼ਰੂਰੀ ਨਹੀਂ ਕਿ ਅੰਨਾ ਘੋੜੀ। ਮੇਰੇ ਕਹਿਣ ਦਾ ਮਤਲਬ ਇਹਦੇ 'ਚ ਦਿਮਾਗ ਜ਼ਿਆਦਾ ਕੱਦ ਘੱਟ ਹੈ, ਉਹਦੇ 'ਚ ਦਿਮਾਗ ਘੱਟ ਹੈ ਤੇ ਕੱਦ ਜ਼ਿਆਦਾ। ਜਿਹਨੂੰ ਸਮਝੀ ਆ ਅੰਨਾ ਘੋੜੀ, ਜਿਹਨੂੰ ਸਮਝ ਪਿਓ ਨੂੰ ਕਹਿ ਸੜਕ ਤੇ ਜਾ ਕੇ ਤੋੜੇ ਰੋੜੀ, ਜਿਹਨੂੰ ਸਮਝ ਆਉਂਦੇ ਆ ਉਹੀ ਆ ਜੀ, ਪੈਦਲ ਹੀ ਆ ਜੀ। ਉਹਦਾ ਮੂੰਹ ਦੇਖ ਜਿੱਦਾਂ ਹੁੰਦੀ ਹੈ ਕੋਈ ਕੇਲ ਪੁੱਟਣ ਵਾਲੀ ਥੋੜੀ। ਬਹੁਤ ਹਸਾਨਾ ਵੀ ਮੈਂ ਦੇਖਿਆ। ਲੈ ਵੀ ਬੋਲੀਆਂ ਸੁਣਾ ਦੇ ਦੋ ਚਾਰੇ।
ਛਾਤੀ ਲਾਓ ਫੇਰ ਸਰ ਬੰਦਾ ਆਪਣੇ ਆਪ ਚ ਤਾਂ ਚੌੜਾ ਹੋ ਕੇ ਫਿਰਦਾ ਨਾ ਕਿ ਮੈਂ ਜਿਮ ਜਾਣਾ ਸ਼ੁਰੂ ਕਰਤਾ ਉਸ ਤਰੀਕੇ ਨਾਲ ਉਹ ਚੌੜਾ ਹਾਂਜੀ ਸਰ ਬਾਰੀ ਬਾਰੀ ਸਿੱਖਣਗੇ ਸੀ ਬਾਰੀ ਬਾਰੀ ਸਿੱਖਣਗੇ ਜਦੋਂ ਮੈਂ ਖੱਟਣਗੀ ਨਾ ਮੇਰਾ ਬੁਆਏਫ੍ਰੈਂਡ ਮੇਰੇ ਨਾਲ ਗਿਆ ਸੀ ਉਹ ਤੁਰਦਾ ਸੀ ਇੱਕ ਤਾਣ ਤਾਣ ਕੇ ਹੋਰਾਂ ਨਾਲ ਨੱਚਦੀ ਸੀ ਜਾਣ ਜਾਣ ਕੇ ਉਹ ਪਹਿਲਾਂ ਮੈਂ ਵੀ ਨਾ ਬੁਲਾਈ ਹੋਰਾਂ ਨਾਲ ਨੱਚਦੀ ਸੀ ਜਾਣ ਜਾਣ ਕੇ ਉਹ ਪਹਿਲਾਂ ਮੈਂ ਵੀ ਨਾ ਬੁਲਾਈ ਪੱਟਾਂ ਦੇ ਕਾਲੇ ਪਹਿਨਾਂ ਨਾ ਪਰਚੀ ਬਣਾ ਕੇ ਲੈ ਕੇ ਜਾਂਦੇ ਕਿ ਪਰਚਾ ਨਕਲਾਂ ਮਾਰਾਂਗੇ ਉੱਥੇ ਜਾ ਕੇ ਦੀਦੇ ਨੀ ਲਿਖਿਆ ਕੀ ਪੱਟੀ ਦੇ ਕਾਲੇ ਸਰ ਬੇਟਾ ਕਿਉਂ ਕਰਦੇ ਇਦਾਂ ਤੁਸੀਂ ਸਰ ਮੈਂ ਬਹੁਤ ਨਕਲ ਮਾਰਦਾ ਜੀ ਮੈਂ ਬਹੁਤ ਨਕਲ ਮਾਰਦਾ ਪੁੱਤਰ ਬੜੀ ਬਹਾਦਰੀ ਵਾਲੀ ਗੱਲ ਦੱਸਣ ਦੇ ਤੈਨੂੰ ਆਉਂਦੀ 26 ਜਨਵਰੀ ਨੂੰ ਉਹ ਨਾ ਕਰਵਾ ਦਾ ਸਨਮਾਨ ਸਰ ਇਹ ਤੇ ਇੰਨੀ ਨਕਲ ਮਾਰਦਾ ਡੈਡੀ ਦਾ ਨਾਮ ਵੀ ਕਿਸੇ ਹੋਰ ਦਾ ਲਿਖ ਦਿੰਦਾ ਬਾਅਦ ਚੋਂ ਕਹਿੰਦੇ ਇਹ ਤਾਂ ਕਿਸੇ ਹੋਰ ਦਾ ਬੇਟਾ ਇੰਨੀ ਨਕਲ ਉਹ ਕਹਿੰਦੇ ਹੁਣ ਮਤਲਬ ਡੈਡੀ ਦਾ ਨਾਮ ਵੀ ਅਗਲੇ ਬੱਚੇ ਦਾ ਲਿਖ ਲੈਣ ਹਾਂਜੀ ਫਿਰ ਤੁਹਾਡੀਆਂ ਵਾਲੀਆਂ ਹਰਕਤਾਂ ਦੇਖ ਲੈ ਸਰ ਸਰ ਇੱਕ ਵਾਰੀ ਸਾਡੇ ਪੇਪਰ ਸੀ ਨਾ ਤੇ ਮੈਂ ਜਦੋਂ ਐਂ ਟਾਟ ਤੇ ਬੈਠਾ ਤੇ ਟਾਟ ਫਟ ਗਿਆ ਹੋਣਾ ਸੇਕ ਲੱਗ ਕੇ ਜਲ ਗਿਆ ਹੋਣਾ ਫਿਰ ਯਾਰ ਮੈਂ ਨਕਲਾਂ ਲਕੋਈਆਂ ਅੱਛਾ ਨਕਲਾਂ ਲਕੋਈਆਂ ਹਾਂ ਮੈਂ ਨਾ ਦੋ ਮਿੱਟੀ ਦੀਆਂ ਟੇਰੀਆਂ ਬਣਾ ਲਈਆਂ ਇੱਧਰ ਇੱਕ ਇੱਧਰ ਟੇਰੀ ਬਣਾ ਲਈ ਇੱਕ ਇੱਧਰ ਟੇਰੀ ਬਣਾ ਲਈ ਉੱਤੇ ਛੱਛਾ ਪਾਤਾ ਉਹਦੇ ਵੀ ਇੱਧਰ ਛੋਟੇ ਇੱਧਰ ਵੱਡਾ ਵੀ ਵਾਹਵਾ ਪਾਤਾ ਇੱਧਰ ਵੱਡੇ ਵੱਡੇ ਛੋਟੇ ਪ੍ਰਸ਼ਨ ਦੋਨੇ ਮੈਂ ਐਂ ਕੱਟੋ ਤਾਂ ਮੈਂ ਸਭ ਤੋਂ ਪਹਿਲਾਂ ਤੇਰਾ ਟੈਸਟ ਲੈਣਾ ਕਿ ਚਲੋ ਤੂੰ ਗੇਮਾਂ ਤੇ ਬਹੁਤ ਖੇਡਦਾ ਹਾਂਜੀ ਮੈਂ ਦੇਖਣਾ ਕਿ ਤੂੰ ਇੰਟੈਲੀਜੈਂਟ ਕਿੰਨਾ ਪੜ੍ਹਨ ਚ ਕਿੰਨਾ ਬਹੁਤ ਸ਼ਾਰਾ ਬਹੁਤ ਸ਼ਾਰਾ ਬਹੁਤ ਸ਼ਾਰਾ ਤਾਂ ਹੀ ਤਾਂ ਬੇਟਾ ਇਦਾਂ ਕਰ ਫਿਰ ਸਿਕਲੇਵ ਦੀ ਐਪਲੀਕੇਸ਼ਨ ਸੁਣਾ ਮੈਨੂੰ ਸਿਕਲੇਵ ਦੀ ਹੁਣੇ ਲਓ ਹੁਣੇ ਦਿਓ ਟੂ ਦਾ ਹੈਡਮਾਸਟਰ ਅੱਛਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੱਥੂ ਨੰਗਲ ਅੱਛਾ ਹਾਂ ਤੇ ਆਈ ਇਲ ਇਲ IL ਹਾਂ ਅੱਛਾ ਇਲਰ ਦਾ ਤਾਂ ਮੂੰਹ ਹੈ ਨਾ ਅੱਗੇ ਗੱਲ ਕਰ IL ਕਮ ਟੂ ਨਾਟ ਸਕੂਲ ਸਰ ਮੈਡਮ ਕੁਛ ਨਹੀਂ ਉੱਤੇ ਸੇਵਾ ਵਿਖੇ ਜਿਹੜਾ ਹੁੰਦਾ ਹਾਂ ਸੱਚ ਵਿਸ਼ਾ ਵੀ ਪਾਣਾ ਸੀ ਹਾਂ ਵਿਸ਼ਾ ਮੈਂ ਭੁੱਲ ਗਿਆ ਵਿਸ਼ਾ ਕਿੱਥੋਂ ਪਾਣਾ ਸੀ ਪੁੱਤਰ ਤੁਹਾਨੂੰ ਜ਼ਿੰਦਗੀ ਦਾ ਕੋਈ ਵਿਸ਼ਾ ਚੁਣਿਆ ਹੋਵੇ ਜ਼ਿੰਦਗੀ ਦਾ ਕੋਈ ਅੱਛਾ ਤਾਂ ਹੀ ਸੰਬੋਧਨ ਕਿਹਨੂੰ ਕਰਨੀ ਹੈ ਨਾ ਹਾਂ ਕਰ ਜਰਾ ਸੰਬੋਧਨ ਸੰਬੋਧਨ ਸਾਡੇ ਹੈਡਮਾਸਟਰ ਨੂੰ ਆ ਅੱਛਾ ਆਈ ਕਿਲ ਆਈ ਕਮ ਨਾਟ ਆਈ ਕਿਲ ਕਿਲ ਕਿਹੜਾ ਟੋਪੀ ਵਾਲਾ ਕਿ ਵਿਦਆਊਟ ਟੋਪੀ ਵਾਲਾ ਕਿਲ ਸੌਰੀ ਸੌਰੀ ਸਪੈਲਿੰਗ ਮਿਸਟੇਕ ਹੋ ਗਈ ਮੇਰੀ ਵਾਰੀ ਤਾਂ ਐਵੇਂ ਸੀ ਜੀ ਆਈ ਬੈਕ ਟੂ ਸੇ ਦੈਟ ਜੀ ਇਦਾਂ ਕਰਕੇ ਉਹ ਤੂੰ ਬੈਕ ਤੇ ਹੀ ਨਾ ਤਾਂ ਤੈਨੂੰ ਕਿਹਾ ਆਈ ਬੈਕ ਟੂ ਸੇ ਦੈਟ ਕਿਵੇਂ ਬੈਕ ਤੇ ਖਲੋਤਾ ਆਈ ਬੈਕ ਟੂ ਸੇ ਦੈਟ ਯਰ ਸੋ ਬੀਡੈਂਟਲੀ ਦਾ ਗਲਤ ਸਪੈਲਿੰਗ ਵਰਗਾ ਮੂੰਹ ਆ ਤੇਰਾ ਮਰ ਜਾਣਾ ਹੈ ਯਰ ਸੋ ਬੀਡੈਂਟਲੀ ਦਾ ਗਲਤ ਸਪੈਲਿੰਗ ਵਰਗਾ ਮੂੰਹ ਆ ਤੇਰੇ ਦਾ ਤੇ ਆਪਣਾ ਲੰਬਾ ਫਰ ਸੋਚਿਆ ਵੀ ਤੂੰ ਹਾਂ ਸਰ ਮੈਂ ਤਾਂ ਓਬੀਡੈਂਟਲੀ ਯੂ ਆਰ ਸੋ ਬੀਡੈਂਟਲੀ ਤੇ ਲੰਬੇ ਸਪੈਲਿੰਗ ਵਰਗਾ ਮੂੰਹ ਦੇਖ ਐਡਾ ਲੰਬਾ ਪੰਚ ਹਾਂ ਸਰ ਮੇਰਾ ਓਬੀਡੈਂਟਲੀ ਹਰ ਵਾਰੀ ਗਲਤ ਹੋ ਜਾਂਦਾ ਸੀ ਮੈਂ ਓਬੀਡੈਂਟਲੀ ਨਹੀਂ ਸੀ ਓਬੀਡੈਂਟਲੀ ਹੈ ਹੁਣ ਨਹੀਂ ਹੋਣੀ ਨਾ ਤਾਂ ਗਲਤ ਹੁੰਦਾ ਹੈ ਤੇਰਾ ਹਾਂਜੀ ਸਰ ਆਗੇ ਕਰੀ ਬੱਚੀ ਨਹੀਂ ਹੀ ਤੂੰ ਚਾ ਟੀਟੂ ਦੀ ਗੱਲ ਸੁਣੋ ਜੀ ਹਾਂ ਟੀਟੂ ਦੀ ਗੱਲ ਸੁਣ ਸਰ ਆਪਣਾ ਵੀ ਦੀਦੀ ਮੂੰਹ ਵੇਖੋ ਕਿੱਦਾਂ ਕਰ ਲੈਂਦੀ ਜਿੱਦਾਂ ਬਲੂ ਤਾਂ ਆਪਣਾ ਫੋਟੋ ਸ਼ੇਅਰ ਕੀਤੀ ਹੁੰਦੀ ਤੇ ਬਲੂ ਦਾ ਫੋਟੋ ਸ਼ੇਅਰ ਹੋਈ ਜਾਂਦੀ ਸਰ ਤੂੰ ਸੁੱਗੀ ਹੋਇਆ ਬੱਚਾ ਹੈ ਨਾ ਉਹਦੀ ਗੱਲ ਦਾ ਕੀ ਦੱਸ ਹਾਂਜੀ ਸਰ ਬੱਚੇ ਕਈ ਵਾਰੀ ਐਵੇਂ ਨਜਾਇਜ਼ ਗੱਲ ਵੀ ਕਰਨ ਦੇ ਜਵਾਸਾ ਨਹੀਂ ਹੁੰਦਾ ਹਾਂਜੀ ਸਰ ਉਹ ਤਾਂ ਹੈ ਬਾਈ ਦੀ ਬਹੁਤ ਪਰ ਕਹਿ ਜਾਂਦੇ ਸਮ ਟਾਈਮ ਬੱਚੇ ਬਾਰੀ ਬਾਰੀ ਕਿਟਣਗੇ ਸੀ ਬਾਰੀ ਬਾਰੀ ਕਿਟਣਗੇ ਇੱਧਰ ਐਪਲੀਕੇਸ਼ਨ ਚੱਲ ਲੰਗੀ ਬਾਰੀ ਬਾਰੀ ਅੱਜ ਕੱਲ ਆਪਣੇ ਹਿਸਾਬ ਨਾਲ ਹੀ ਚੱਲ ਜਾਂਦੇ ਨੇ ਪੁੱਛਦੇ ਵੀ ਨਹੀਂ ਇੱਕ ਮਿੰਟ ਜਿੱਥੇ ਟਾਈਮ ਲੱਗਦਾ ਤੈਨੂੰ ਉੱਥੇ ਸ਼ੁਰੂ ਹੋ ਜਾਣੀ ਬਾਰੀ ਬਰਸੀ ਬਾਰੀ ਬਰਸੀ ਐਡੀ ਤੂੰ ਬਾਰੀ ਦੇਖ ਲੋਤੀ ਹੈ ਆਈ ਕੈਨ ਨਾਟ ਕਮ ਟੂ ਸਕੂਲ ਬਟਾ ਯੂ ਕੈਨ ਨਾਟ ਕਮ ਟੂ ਮਾਈ ਥਾਣਾ ਆਲਸੋ ਲੀਵ ਯੂ ਕੈਨ ਨਾਟ ਕਮ ਟੂ ਯੋਰ ਰਿਸ਼ਤੇਦਾਰਾਂ ਦੇ ਘਰ ਬਿਕੋਜ਼ ਯੂ ਹੈਵ ਨੋ ਅੱਛੀ ਸ਼ਕਲ ਫੋਰ ਗੋ ਦੇਅਰ ਤੈਨੂੰ ਸਮਝ ਨਹੀਂ ਆਈ ਨੂੰ ਮੈਂ ਕੀ ਕਿਹਾ ਸਰ ਤੁਸੀਂ ਜਗਾਂਡਾ ਤੋਂ ਆਏ ਹੋ ਹੈ ਜਗਾਂਡਾ ਤੋਂ ਨਹੀਂ ਮੈਂ ਤੜਮ ਕਰੋ ਆਇਆ ਉਥੇ ਕਰ ਆ ਇਹ ਤੇਰੇ ਫਾਦਰ ਸਾਹਿਬ ਨੂੰ ਮਿਲਣ ਉਥੇ ਕਰ ਦੇ ਉਹ ਹੈ ਉਥੇ ਕਰ ਦੇ ਚੱਜ ਨੱਖ ਲਓ ਇੱਥੇ ਉਹ ਬੇਟਾ ਇਹ ਠਾਣਾ ਹੈ ਮੇਰੇ ਨਾਲ ਥੋੜਾ ਤਮੀਜ਼ ਅੱਛਾ ਪਹਿਲਾਂ ਮੈਨੂੰ ਇਹ ਦੱਸ ਇਹ ਤੇਰਾ ਦੋਸਤ ਕਿੱਦਾਂ ਬਣਿਆ ਕਲਾਸ 'ਚ ਜੀ ਕਲਾਸ 'ਚ ਪੜ੍ਹਦੇ ਸੀ ਅਸੀਂ ਅਸੀਂ ਦੋਨੇ ਉਹ ਗੀਤ ਗਾਉਂਦੇ ਹੁੰਦੇ ਸੀ ਨਰਸਰੀ ਇਹ ਦੱਸ ਤੇ ਹਮ ਨਹੀਂ ਤੋੜਗੜੇ
छोटा बच्चा है मैं ता नहीं कुछ कह रहा तेनू नहीं तो हूं तक तेन पता नहीं मेरे रोब का पता ही थोड़ी मैडम भी फिर आए आठ पा पा के चलती है ऐदा लगता जो प्लास्टिक की लत तो बूट लै गया होंदा ते मैं नया बना के ना नक ते किक भी मारनी आ प्लास्टिक की लत तो बूट लै गया होंदा बेटा उसे बूट अरगा मुंह तेरा ओ तू साडी मुलाजम नु कहन लग पे ते तुसी कह दो मैं तो कहता रहूंगा क्योंकि मैं अफसर हां तू नहीं कह सकता मैं ही बच्चा बच्चे बच्चे वो होंदे आ की रब दा रूप वाह 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 ਸਰ ਡਰ ਰੱਬ ਕਿਹੜਾ ਕਾਲਾ ਹੁੰਦਾ ਸਰ ਰੱਬ ਦੇ ਸਿਰ ਸੋਹਣਾ ਹੁੰਦਾ ਸਰ ਨਹੀਂ ਇਹ ਗੱਲ ਵੈਸੇ ਡਰਨ ਦੇ ਹੀ ਕਹਿਣ ਵੇਲੇ ਕਿਉਂਕਿ ਸਾਨੂੰ ਪਤਾ ਇਸ ਤੋਂ ਅੱਗੇ ਤੂੰ ਕੋਈ ਨਾ ਕੋਈ ਗੱਲ ਕਰਨੀ ਕਰਨੀ ਹਾਏ ਰੱਬਾ